ਹਾਂਜੀ ਬਾਬੇ, ਸਵਾਗਤ ਹੈ ਇੱਕ ਹੋਰ ਨਵੀਂ ਅਪਡੇਟ ਵੀਡੀਓ ਤੋਂ। ਦੋਸਤੋ, ਜਿਵੇਂ ਕਿ ਢਿੱਲੋਂ ਪ੍ਰੀਤ, ਉਹਨਾਂ ਨੇ ਇੱਕ ਹੋਰ ਨਵੀਂ ਗੱਡੀ ਲਿੱਤੀ ਹੈ, ਫੋਰਚੂਨਰ, ਅਤੇ ਦੋਸਤੋ ਉਸਦਾ ਚਲਾਨ ਵੀ ਹੋ ਚੁੱਕਿਆ ਸੀਗਾ। ਅਤੇ ਦੋਸਤੋ, ਪੁਲਿਸ ਵਾਲਿਆਂ ਨੇ ਵੀ ਰੀਲ ਵਗੈਰਾ ਪਾ ਕੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਰੀਲਾਂ ਪਾਉਂਦੇ ਨੇ। ਅਤੇ ਹੁਣ ਦੋਸਤੋ, ਉਹ ਤੋਂ ਬਾਅਦ ਮਹਾਵੀਰ ਉਹਨਾਂ ਨੇ ਵੀ ਰੀਲਾਂ ਵਗੈਰਾ ਪਾਈਆਂ, ਤੁਸੀਂ ਚੈੱਕ ਕਰ ਸਕਦੇ ਹੋ। ਬਾਕੀ ਦੋਸਤੋ, ਤੁਹਾਨੂੰ ਕੀ ਲੱਗਦਾ ਹੈ ਕਿਉਂ ਚਲਾਉਣ ਆਇਆ ਹੋਊਗਾ? ਆਪਾਂ ਤੁਹਾਨੂੰ ਸਾਰਿਆਂ ਨੂੰ ਦੱਸ ਰਹੀ ਕਿ ਗੱਡੀ ਨਵੀਂ ਸੀਗੀ ਅਤੇ ਸੜਕਾਂ 'ਤੇ ਤਾਂ ਜਾਊ, ਚਲਾਨ ਤਾਂ ਹੋਣਗੇ, ਅਤੇ ਨੰਬਰ ਪਲੇਟ ਨਹੀਂ ਸੀ, ਉਹਦੇ ਕਰਕੇ ਪੁਲਿਸ ਵਾਲਿਆਂ ਨੇ ਚਲਾਨ ਕੀਤਾ ਸੀਗਾ। ਰੋਡ 'ਤੇ ਚੱਲਣੀਆਂ ਅਤੇ ਚਲਾਨ ਵੀ ਇਹਨਾਂ ਦੇ ਹੋਣੇ, ਬੌਂਡ ਵੀ ਇਹੋ ਹੋਣੀਆਂ, ਜਿਹੜੇ ਘਰਾਂ 'ਚ ਲਾਈਆਂ ਪੈਸੇ ਲਾ ਲਾ ਉਹ ਥੋੜ੍ਹੀ ਹੋਣੀਆਂ, ਹੈਂ ਖੋਤੀਆਂ ਚਲਾਉਣ ਹੁੰਦੇ ਕਦੇ, ਗੱਡੀਆਂ ਦੇ ਹੁੰਦੇ ਛੋਟੇ ਵੀਰ। ਬਾਕੀ ਬਾਬਾ, ਤੁਹਾਡਾ ਕੀ ਵਿਚਾਰ ਹੈ, ਕਿਸ ਗੱਲ ਕਰਕੇ ਚਲਾਨ ਹੋਇਆ ਹੋ ਸਕਦਾ? ਅਤੇ ਢਿੱਲੋਂ ਪ੍ਰੀਤ, ਉਹਨਾਂ ਨੇ ਸਾਊਂਡ ਵੀ ਬਣਾ ਦਿੱਤਾ, ਇਹ ਸਾਊਂਡ ਟ੍ਰੈਂਡਿੰਗ ਦੇ ਵਿੱਚ ਵੀ ਆ ਚੁੱਕਿਆ 2 ਦਿਨਾਂ ਦੇ ਅੰਦਰ ਅੰਦਰ। ਬਾਕੀ ਵੀਡੀਓ ਚੰਗੀ ਲੱਗੀ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਢਿੱਲੋਂ ਪ੍ਰੀਤ ਉਹਨਾਂ ਦੇ ਹੋਰ ਅਪਡੇਟ ਦੇਖਣ ਲਈ।